ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇੱਕ ਬੜੀ ਇੰਪੋਰਟੈਂਟ ਗੱਲ ਆ ਸਾਡੇ ਹਲਕੇ ਖੇਮਕਰਨ ਦੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ, ਤੇ ਹਲਕਾ ਖੇਮਕਰਨ ਆ, ਤੇ ਜਿੱਥੇ ਸਾਡੇ MLA ਸਰਦਾਰ ਸੁਖਪਾਲ ਸਿੰਘ ਭੁੱਲਰ ਜੀ ਮੇਰੇ ਵੱਡੇ ਸਤਿਕਾਰਯੋਗ ਵੀਰ ਨੇ, ਉਹ ਤੇ ਉਹਨਾਂ ਦੇ ਬ੍ਰਦਰ ਆ ਜਿਹੜੇ ਅਨੂਪ ਸਿੰਘ, ਜਿਹੜੇ ਕਿ ਮੇਰੇ ਕਹਿ ਲਓ ਕਿ ਦਿਲ ਦੇ ਵੀ ਨਜ਼ਦੀਕ ਨੇ। ਪਰ ਸੱਚੀ ਗੱਲ ਬੋਲਣ ਤੋਂ ਆਪਾਂ ਗਰੇਜ਼ ਨਹੀਂ ਕਰਾਂਗੇ। ਕੱਲ ਇੱਕ ਬੜੀ ਬੇਹੱਦ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਉਹ ਇਹ ਕਿ ਜਿਹੜੇ ਕਹਿ ਲਓ ਕਿ ਉਦਣ ਰਾਤ ਇੱਕ ਸਾਡੇ ਹਲਕੇ ਦੇ ਵਿੱਚ ਜਿਹੜਾ ਕਿ ਪੰਜਾਬ ਦਾ ਬਹੁਤ ਹੀ ਵੱਡਾ ਜਿਹੜਾ ਸਮਗਲਰ ਆ ਸਾਰਜ ਸਿੰਘ ਦਾਸੂਵਾਲ, ਜਿੱਥੇ ਕਦੇ ਬੱਬਰਾਂ ਦਾ ਨਾਂ ਸੀ ਚੱਲਦਾ ਜਿਹੜੇ ਪਿੰਡ ਤੋਂ ਦਾਸੂਵਾਲ ਤੋਂ, ਉੱਥੇ ਇਹ ਸਮਗਲਰ ਜਿਹੜੇ ਬੰਦੇ ਦੀ ਇਹ ਕਰਤੂਤ ਕੀਤੀ ਗਈ ਆ ਪਰਸੋਂ ਕਿ ਰਾਤ ਨੂੰ ਕਿ ਇਹਦੀ ਇਨੋਵਾ ਗੱਡੀ ਆ ਰਹੀ ਆ, ਪੁਲਿਸ ਵਾਲਿਆਂ ਨੇ ਉਹਨੂੰ ਟੋਰਚ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਗੱਡੀ ਉੱਪਰੋਂ ਦੀ ਲਗਾਈ ਆ ਤੇ ਦੋ ਪੁਲਿਸ ਮੁਲਾਜ਼ਮਾਂ ਨੂੰ ਮਾਰ ਦਿੱਤਾ ਗਿਆ, ਜਿਹੜਾ ਕਿ ਜਿਹਨੂੰ ਇੱਕ ਕਤਲ ਕਹਿ ਸਕਦੇ ਹਾਂ ਆਪਾਂ। ਦੋਸਤੋ, ਸੋਚਣ ਵਾਲੀ ਗੱਲ ਇਹ ਆ ਕਿ ਪਹਿਲਾਂ ਇਹ ਸਮਗਲਰ, ਇਹਦਾ ਇੰਸਪੈਕਟਰ ਇੰਦਰਜੀਤ ਸਿੰਘ ਨੇ ਨਾਂ ਲਿਆ ਕਿ ਮੈਂ ਇਹ ਤੋਂ 60 ਲੱਖ ਰੁਪਈਆ ਨੇ ਮੈਨੂੰ ਦਿੱਤਾ ਸੀ ਤੇ ਜੋ ਵੀ ਮੇਰੇ ਕਾਲੇ ਕਾਰੋਬਾਰ ਹੈ ਉਹਨਾਂ ਦੇ ਵਿੱਚ ਇਹ ਬੰਦਾ ਇਨਵੋਲਵ ਆ। ਇਸ ਤੇ ਤਦ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਇਹਦਾ ਪਿਛੋਕੜ ਇਹ ਕਿ ਪਹਿਲਾਂ ਇਹ ਕਾਂਗਰਸੀ ਸੀ ਇਹਦੇ ਘਰ ਦੇ ਪਰਿਵਾਰ ਇਹਦਾ, ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਆ, ਅਕਾਲੀ ਦਲ ਦੀ ਸਰਕਾਰ ਆਈ, ਵਿਰਸਾ ਸਿੰਘ ਵਲਟੋਆ MLA ਬਣਿਆ ਤੇ ਇਹ ਉਹਦੇ ਪੈਰਾਂ 'ਚ ਜਾ ਕੇ ਬੈਠਦਾ ਸੀ ਤੇ ਜਿਉਂ ਹੀ MLA ਸੁਖਪਾਲ ਸਿੰਘ ਭੁੱਲਰ ਕਾਂਗਰਸ ਤੋਂ ਬਣੇ ਆ ਤੇ ਇਹ ਅੱਜ ਕੱਲ 24 ਘੰਟੇ ਉਹਨਾਂ ਦੇ ਨਾਲ ਹੁੰਦਾ। ਦੋਸਤੋ, ਬੜੀ ਸ਼ਰਮ ਦੀ ਗੱਲ ਆ ਕਿ ਇੱਕ ਜਿਹੜੇ ਬੰਦਾ ਇੰਨਾ, ਸਾਰਿਆਂ ਨੂੰ ਪਤਾ ਕਿ ਮਸਤਗੜ੍ਹ ਪਿੰਡ ਤੋਂ ਤੇ ਇੱਕ ਦੋ ਹੋਰ ਕੇਸ ਹੋਏ ਜਿੱਥੇ ਹੈਰੋਇਨ ਫੜੀ ਗਈ ਸੀ, ਇਹਦਾ ਨਾਂ ਆਇਆ ਸੀ। ਇਹ ਬੰਦਾ ਵਾਰ ਵਾਰ ਕਲੀਅਰ ਹੋ ਜਾਂਦਾ, ਇਹ ਨਹੀਂ ਪਤਾ ਵੀ ਅੱਜ ਇਹਦੇ ਸੈੱਲ ਕਿੱਥੇ ਆ। ਮੈਂ ਅਗਲੀ ਗੱਲ ਉਹ ਤੋਂ ਬਾਅਦ ਕਰੂੰਗਾ ਤੇ ਸਭ ਤੋਂ ਪਹਿਲਾਂ ਮੇਰੀ ਬੇਨਤੀ, ਹੋਰ ਮੈਨੂੰ ਕਿਸੇ ਤੇ ਆਸ ਨਹੀਂ ਸ਼ਾਇਦ ਇਹ ਸਰਕਾਰ ਦੇ ਵਿੱਚ, ਫਿਰ ਵੀ ਨਵਜੋਤ ਸਿੰਘ ਸਿੱਧੂ ਤੇ ਮੈਂ ਗੱਲ ਰੱਖਦਾ ਆ ਆਸ ਕਿ ਮੇਰੇ ਵੱਡੇ ਭਰਾ ਸੁਖਪਾਲ ਸਿੰਘ ਭੁੱਲਰ ਹੁਣੀ, ਉਹਨਾਂ ਦੀ ਗੱਡੀ ਦੇ ਵਿੱਚ ਅੱਜ ਪੰਜਾਬ ਦਾ ਇੱਕ ਬੜਾ ਵੱਡਾ ਸਮਗਲਰ ਨਾਲ ਉਹਨਾਂ ਦੇ ਹੁੰਦਾ ਤੇ ਜਿੱਦਣ ਨਸ਼ਾ ਮੁਕਤ ਰੈਲੀ ਮੇਰੇ ਭਰਾ ਹੁਣੀ ਕੱਢਦੇ ਆ ਤੇ ਉਦਣ ਵੀ ਇਹ ਨਾਲ ਉਹਨਾਂ ਦੀ ਗੱਡੀ ਦੇ ਵਿੱਚ ਹੁੰਦੇ ਆ। ਤੇ ਦੂਸਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚ ਬਣਾਉਣ ਦੀ ਜਿਹੜੀ ਯੋਜਨਾ ਆ ਉਸ ਇਹ ਸਾਰਜ ਸਮਗਲਰ ਨੂੰ ਸਰਪੰਚ ਬਣਾਉਣ ਦੀ ਯੋਜਨਾ ਬਣ ਚੁੱਕੀ ਹੈ। ਹੁਣ ਮੈਂ ਦੱਸਾਂ ਕਿ ਇੱਕ ਮੁਲਾਜ਼ਮ ਵੀਰ ਜਿਹੜਾ ਜਿਹਦੀ ਡੈਥ ਹੋਈ ਆ ਉਹ ਥੇਸ ਹਰਿਆਲੀ ਤੋਂ ਆ, ਵਲਟੋਆ ਪਿੰਡ ਦੇ ਏਰੀਏ ਵਿੱਚ ਹਲਕੇ ਖੇਮਕਰਨ ਤਹਿਸੀਲ ਪੱਟੀ 'ਚ ਆਉਂਦਾ, ਜ਼ਿਲ੍ਹਾ ਤਰਨ ਤਾਰਨ 'ਚ, ਤੇ ਦੂਸਰਾ ਵੀ ਪਿੰਡ ਸੇਮ ਹੀ ਇੱਥੇ ਹੀ ਸਾਡੇ ਏਰੀਏ ਦੇ ਵਿੱਚ ਹੀ ਆ ਖੇਮਕਰਨ ਦਾ, ਜਿੱਥੋਂ ਦਾ ਉਹ ਮੁਲਾਜ਼ਮ ਆ, ਉਹ ਗਰੀਬਾਂ ਨੂੰ ਬਿਨਾਂ ਵਜ੍ਹਾ ਤੋਂ ਕਤਲ ਕਰ ਦਿੱਤਾ ਗਿਆ ਤੇ ਇਹ ਬੰਦੇ ਦੀ ਗੱਡੀ ਆ। ਹੁਣ ਇਹ ਬੰਦਾ ਦੇਖੋ, ਇੱਕ ਬੰਦੇ ਦੀ ਗੱਡੀ ਜਿਹੜੀ ਏਦਾਂ ਇਹ ਕੇਸ ਕਰ ਰਹੇ ਤੇ ਉਹੀ ਬੰਦਾ ਥਾਣੇ ਦੇ ਵਿੱਚ ਜਾ ਕੇ ਤੇ ਕਿਸੇ ਹੋਰ ਨੂੰ ਜਾ ਕੇ ਪੇਸ਼ ਕਰਾਉਂਦਾ। ਚਲੋ ਮੰਨਦੇ ਆ ਕਿ ਇਹ ਸਾਰਜ ਉਸ ਟਾਈਮ ਗੱਡੀ ਦੇ ਵਿੱਚ ਨਹੀਂ ਵੀ ਸੀ, ਇਹਦਾ ਕਿਹੜਾ ਉਹ ਬੰਦਾ ਕਰਨ ਬਾਠ ਆ ਜਿਹੜਾ, ਉਹ ਕੌਣ ਸੀ ਉਹ ਕਿ ਜਿਹੜਾ ਇੰਨੀ ਉਹਨੂੰ, ਮਤਲਬ ਉਹਦੇ ਕੋਲ ਕਿਹੜੀ ਚੀਜ਼ ਸੀ? ਸੋਚਣ ਵਾਲੀ ਗੱਲ ਇਹ ਆ, ਇਹ ਬੰਦੇ ਨੂੰ ਜਿੱਥੇ ਹੋਰ ਗੱਲਾਂ ਤੇ ISI ਦਾ ਹੱਥ ਦੱਸਦੇ ਆ, ਪਾਕਿਸਤਾਨ ਦਾ ਹੱਥ ਦੱਸਦੇ ਆ, ਆਹ ਬੰਦੇ ਨੂੰ ਅੱਧਾ ਪੰਜਾਬ ਤੇ ਪਾਕਿਸਤਾਨ ਦਾ ਸਾਰਜ ਨੂੰ ਉਦਾਂ ਹੀ ਜਾਣਦਾ ਹੋਣਾ, ਜਿੰਨੀ ਇਹ ਸਮਗਲਿੰਗ ਕਰ ਰਿਹਾ, ਜਿੰਨੇ ਇਹ ਨਜਾਇਜ਼ ਹਥਿਆਰ ਲੈ ਕੇ ਆਉਂਦਾ ਇਹ ਬੰਦਾ। ਤੁਸੀਂ ਇਹ ਸੋਚੋ ਕਿ ਉਹ ਬੰਦੇ ਦੇ ਕੋਲ ਕੀ ਐਸੀ ਚੀਜ਼ ਸੀ ਜਿਹੜਾ ਸੋਚਦਾ ਕਿ ਦੋ ਬੰਦੇ ਮੇਰੇ ਤੋਂ ਮੁਲਾਜ਼ਮ ਮਰ ਜਾਣ ਕੋਈ ਪ੍ਰੋਬਲਮ ਨਹੀਂ, ਲੇਕਿਨ ਮੇਰਾ ਇਹ ਜੋ ਕੁਛ ਮੇਰੇ ਕੋਲ ਆ ਉਹ ਹੱਥ ਨਾ ਆਵੇ। ਤੇ ਸੋ ਦੋਸਤੋ, ਅੱਜ ਮੈਂ, ਮੇਰਾ ਭਰਾ ਜਿਹੜਾ ਅਨੂਪ ਸਿੰਘ ਭੁੱਲਰ, ਮੈਂ ਬੇਨਤੀ ਕਰੂੰਗਾ ਕਿ ਇਹ ਕੰਮ ਆਪਾਂ ਨੂੰ ਸੋਹਣੇ ਨਹੀਂ ਲੱਗਦੇ,
ਇਹ ਇਲਜ਼ਾਮ ਲਾ ਕੇ ਆਪਾਂ ਵਿਰਸੇ ਵਲਟੋਏ ਤੇ ਆਪਾਂ MLA ਬਣੇ ਆ ਸੁਖਪਾਲ ਸਿੰਘ ਭੁੱਲਰ ਜੀ, ਤੇ ਅੱਜ ਉਹ ਕੰਮ ਆਪਾਂ ਕਰ ਰਹੇ ਹਾਂ। ਕੀ ਤੁਸੀਂ ਇਸ ਸਮਗਲਰ ਨੂੰ ਸਰਪੰਚ ਬਣਾਓਗੇ? ਸਿੱਧੂ ਸਾਹਿਬ ਇੱਕ ਗੱਲ ਯਾਦ ਰੱਖੋ ਵੀ ਤੁਸੀਂ ਆਪਾਂ ਹਮੇਸ਼ਾ ਤੁਸੀਂ ਕਹਿੰਦੇ ਯਾਰ ਸਾਡੀ ਫਿਰ ਸਰਕਾਰ ਕਾਹਦੀ ਹੋਈ, ਪਰ ਤੁਹਾਡੀ ਸਰਕਾਰ ਦੇ ਵਿੱਚ ਸਮਗਲਰ MLA ਦੀ ਗੱਡੀ ਦੇ ਵਿੱਚ ਬਹਿੰਦਾ। ਮੈਂ ਕਿਸੇ ਵਕਤ ਵਿਰਸਾ ਸਿੰਘ ਵਲਟੋਆ ਟਾਈਮ ਵੀ ਇਹੀ ਗੱਲ ਬੋਲੀ ਕਿ ਸਮਗਲਰ ਇਹਦੇ ਗੋਡੇ ਨਾਲ ਗੋਡੇ ਜੋੜ ਕੇ ਬਹਿੰਦਾ, ਇਹਦੇ ਪੈਰਾਂ 'ਚ ਬਹਿੰਦਾ। ਅੱਜ ਦੇਖ ਲਓ ਕਿ ਅੱਜ ਇਹ ਮੇਰੇ ਭਰਾ ਸੁਖਪਾਲ ਸਿੰਘ, ਮੈਂ ਫਿਰ ਵੀ ਜੇ ਇਹਨਾਂ ਦੇ ਨਾਲ ਪ੍ਰੇਮ ਆ ਉਹ ਗੱਲ ਵੱਖਰੀ ਆ, ਚਲੋ ਦੋਸਤੀ ਜਾਂ ਇੱਕ ਇੱਜ਼ਤ ਵੱਖਰੀ ਚੀਜ਼, ਪਾਰਟੀ ਵੱਖਰੀ ਚੀਜ਼ ਹੁੰਦੀਆਂ, ਪਰ ਸੱਚ ਵੀ ਤੇ ਇੱਕ ਚੀਜ਼ ਆ। ਉਹ ਇਹੀ ਗੱਲ ਆ ਕਿ ਹੁਣ ਦੇਖੋ ਵੀ ਇੱਥੇ ਆ ਸਾਡੇ SHO ਹਰਚੰਦ ਸਿੰਘ ਜੀ, ਪੜ੍ਹੇ ਲਿਖੇ ਆ, ਸੂਝਵਾਨ ਆਫਿਸਰ ਆ, ਇੱਕ ਦਿਨ 'ਚ ਇਹਦੇ ਕੋਲੋਂ ਸਾਰਾ ਕੁਛ ਬਕਾ ਸਕਦੇ ਆ, ਪਰ ਕਿਹਦਾ ਪ੍ਰੈਸ਼ਰ ਆ ਉੱਤੋਂ? ਤੇ ਉੱਤੇ ਗੱਲ ਕਰੀਏ ਤੇ ਸਾਡੇ SSP ਮਾਨ ਸਾਹਿਬ ਆ, ਤੇ ਹੁਣ ਮਾਨ ਸਾਹਿਬ ਤੇ ਇੱਦਾਂ ਦਾ ਸ਼ੱਕ ਕਿੱਦਾਂ ਕਰੀਏ ਕਿ ਉਹ ਇੱਦਾਂ ਦਾ ਕੰਮ ਕਰਵਾ ਸਕਦੇ, ਫਿਰ ਕਰਵਾਉਂਦਾ ਕੌਣ ਆ? ਸੋ ਮੇਰੀ ਬੇਨਤੀ ਆ ਜਿਹੜੇ ਇਹ ਪੁਲਿਸ ਮੁਲਾਜ਼ਮ ਜਿਨ੍ਹਾਂ ਦੀ ਮੌਤ ਹੋਈ ਆ, ਮੇਰੀ ਉਹਨਾਂ ਦੇ ਘਰਦਿਆਂ ਨੂੰ ਵੀ ਬੇਨਤੀ ਆ ਕਿ ਤੁਹਾਡਾ ਕੁਛ ਨਹੀਂ ਜੇ ਬੰਨਾ, ਆਪਣੀ ਕਾਰਵਾਈ ਕਰਵਾਓ। ਜਦੋਂ ਤੱਕ MLA ਇਹਨਾਂ ਦੇ ਨਾਲ ਖੜਾ, ਏਡੇ ਵੱਡੇ ਸਮਗਲਰਾਂ ਦੇ ਨਾਲ ਆਪਾਂ ਕੀ ਕਰਾਂਗੇ? ਸੋ ਆਪਣੇ ਕਿਤੇ ਇਹ ਪਰਿਵਾਰਕ ਮੈਂਬਰਾਂ ਨੂੰ ਭੁੱਲ ਨਾ ਜਾਇਓ ਇਹਨਾਂ ਤੇ ਕਾਰਵਾਈ ਕਰਵਾਉਣ ਲਈ। ਆਪਾਂ ਹਮੇਸ਼ਾ ਜਦੋਂ ਵੀ ਜਿੱਥੇ ਵੀ ਤੱਕ ਆਊਗਾ ਉਹਨਾਂ ਦੇ ਨਾਲ ਖੜੇ ਹਾਂ, ਤੇ ਤੁਹਾਡੇ ਵੀ ਨਾਲ ਜਿੰਨੀ ਜੋਗੇ ਹੋਵਾਂਗੇ ਖੜਾਂਗੇ। ਪਰ ਮੈਨੂੰ ਪਤਾ ਕਿ ਚਲੋ ਉਹ ਇੱਕ ਮਤਲਬ ਪੜ੍ਹੀ ਲਿਖੀ ਫੈਮਿਲੀ ਨੂੰ ਬਿਲੋਂਗ ਕਰਦੇ ਆ, ਠੇਸ ਹਰਿਆਲੀ ਤੋਂ ਵੀ ਉਹ ਆਪਣੀ ਕਾਰਵਾਈ ਕਰਵਾ ਸਕਦੇ ਆ, ਪਰ ਮੈਂ ਫਿਰ ਵੀ ਆਪਣੇ ਵੱਲੋਂ ਕਹਿੰਦਾ ਕਿ ਇਹਨਾਂ ਨੇ ਕੁਛ ਨਹੀਂ ਜੇ ਹੋਣ ਦੇਣਾ। ਤੇ ਜੇ ਇਹ ਗੱਲ ਹੋ ਜਾਂਦੀ ਆ ਕਿ ਇਹਨੂੰ ਏਡੇ ਵੱਡੇ ਸਮਗਲਰ ਨੂੰ ਜਿੱਥੇ ਕਿ ਅਸੀਂ 2-2 ਗ੍ਰਾਮ ਵਾਲਿਆਂ ਨੂੰ ਫੜਦੇ ਹਾਂ, ਪੀਣ ਵਾਲਿਆਂ ਨੂੰ ਫੜਦੇ ਹਾਂ, 10 ਗ੍ਰਾਮ ਵੇਚਣ ਵਾਲਿਆਂ ਨੂੰ ਫੜਦੇ ਹਾਂ, ਤੇ ਜਿਹੜਾ ਕਿਲੋਆਂ ਦੇ ਕਿਲੋ ਪੈਕਟ ਤੇ ਨਾਲ ਪਿਸਟਲ ਜਿਹੜਾ ਨਾਲ ਸਪਲਾਈ ਕਰਾਉਂਦਾ, ਉਹ ਬੰਦੇ ਤੇ ਕੋਈ ਕਾਰਵਾਈ ਨਹੀਂ। ਤੇ ਸੋ ਆਪਾਂ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਨੀ ਆ। ਤੇ ਦੂਸਰੀ ਜਿਹੜੀ ਮੈਂ ਗੱਲ ਕਹਿਣ ਲੱਗਿਆ ਸੀ ਕਿ ਜੇ ਇਹ ਬੰਦੇ ਨੂੰ ਸਰਪੰਚ ਬਣਾ ਦਿੱਤਾ ਜਾਂਦਾ ਤੇ ਫਿਰ ਅਸੀਂ ਮਤਲਬ ਫਿਰ ਸਿੱਧਾ ਸਿੱਧਾ ਪਤਾ ਲੱਗਦਾ ਹੀ ਆ ਵੀ ਨਸ਼ੇ ਦੇ ਵਿਰੋਧ ਦੇ ਵਿੱਚ ਰੈਲੀਆਂ ਕੀ ਆ, ਤੇ ਸਮਗਲਰਾਂ ਨੂੰ ਸਰਪੰਚੀ ਦੇ ਅਹੁਦੇਦਾਰ ਬਣਾਉਣਾ ਤੇ ਉਹਨਾਂ ਨੂੰ ਮਤਲਬ ਕੋਈ ਵੱਡੇ ਅਹੁਦੇ ਦੇ ਕੇ ਇਹਨਾਂ ਕੇਸਾਂ ਦੇ ਵਿੱਚੋਂ ਕਲੀਅਰ ਕਰਾਉਣਾ, ਇਸ ਤੋਂ ਵੱਡੀ ਕੋਈ ਸ਼ਰਮਨਾਕ ਗੱਲ ਨਹੀਂ ਹੋਊਗੀ। ਤੇ ਜਦੋਂ ਤੱਕ ਇਹ ਸਾਰਜ ਤੇ ਕਾਰਵਾਈ ਨਹੀਂ ਹੁੰਦੀ, ਜਦੋਂ ਤੱਕ ਇਹ ਸਮਗਲਰ ਤੇ ਕਾਰਵਾਈ ਨਹੀਂ ਹੁੰਦੀ, ਮੈਂ ਸ਼ਾਇਦ ਮੇਰੇ ਕਿਆਂ ਕੁਛ ਵੀ ਫਰਕ ਨਾ ਪਵੇ, ਪਰ ਮੈਂ ਉਦੋਂ ਤੱਕ ਬੋਲਦਾ ਰਹੂੰਗਾ ਇਹਦੀ ਕਿਹਦੇ ਕਿਹਦੇ ਨਾਲ, ਇਹ ਤੋਂ ਉੱਤੇ ਕਿਹਦੇ ਨਾਲ ਸਾਂਝ ਆ। ਮੈਂ ਫਿਲਹਾਲ ਨਾ ਤੇ ਉਹ ਮੁਲਾਜ਼ਮਾਂ ਦਾ ਨਾਂ ਲਿਆ ਆ, ਆਉਣ ਵਾਲੇ ਸਮੇਂ ਚ ਲਊਂਗਾ ਜੇ ਤੇ ਕੋਈ ਕਾਰਵਾਈ ਨਹੀਂ, ਕਿਉਂਕਿ ਗੱਡੀ ਇਹਦੀ ਆ, ਡਰਾਈਵਰ ਇਹਦਾ, ਕੰਮ ਕਰਵਾਏ ਦੇ ਤੇ ਇਹੀ ਬੰਦੇ ਨੇ ਲਿਆ ਕੇ ਤੇ ਉਹਨੂੰ ਪੇਸ਼ ਕਰਾਇਆ। ਤੇ ਜਿਹੜੇ ਮੇਰੇ ਜਿਨ੍ਹਾਂ ਨੂੰ ਮੈਂ ਕੁਛ ਕੁ ਆਫਿਸਰ ਨੇ ਜਿਨ੍ਹਾਂ ਨੂੰ ਮੈਂ ਰਿਸਪੈਕਟਡ ਕਹਿੰਦਾ, ਪੜ੍ਹੇ ਲਿਖੇ ਸਿਆਣੇ ਸੂਝਵਾਨ ਹਰਚੰਦ ਸਿੰਘ ਵੀ ਉਹਨਾਂ ਚ ਆਉਂਦੇ ਆ, ਪਰ ਉਹਨਾਂ ਨੂੰ ਕੰਟਰੋਲ ਰੂਮ ਵਾਇਰਲੈਸ ਰੂਮ ਦੇ ਵਿੱਚ ਲਿਆ ਕੇ ਬਿਠਾਉਂਦੇ ਆ, ਫਿਰ ਮੁਲਾਜ਼ਮ ਵਿਰੋਧ ਕਰਦੇ ਆ ਤੇ ਫਿਰ ਹਵਾਲਾਤ ਦੇ ਵਿੱਚ ਦਿੰਦੇ ਆ। ਪਹਿਲਾਂ ਆਉਂਦਿਆਂ ਉਦਾਂ ਇੱਕ ਆਮ ਨੋਰਮਲ ਬੰਦੇ ਦੇ ਛੇਤਰ ਫੇਰਦੇ ਆ, ਆਪਾਂ ਕੀ ਨੂੰ ਆਉਂਦੇ ਆ, ਇੱਕ ਤਰ੍ਹਾਂ ਸੋਧਾ ਨਹੀਂ ਲਾਇਆ ਜਾ ਸਕਦਾ ਵਿੱਚੇ ਧੱਕ ਦੇ ਸਾਰਜ ਨੂੰ। ਹਰਚੰਦ ਸਿੰਘ ਜੀ ਜੇ ਤੁਸੀਂ ਚਾਹੋ ਤਾਂ ਇੱਕ ਦਿਨ ਦੇ ਵਿੱਚ ਅੱਜ ਤੱਕ ਕੀ ਕੀਤਾ, ਅੱਜ ਤੱਕ ਸਾਰਜ ਨੇ ਕਿੱਥੇ ਕਿੱਥੇ ਕੀ ਤੁਸੀਂ ਇੱਕ ਦਿਨ ਚ ਇਤੋਂ ਬਕਾ ਸਕਦੇ ਆ, ਪਰ ਪ੍ਰੈਸ਼ਰ ਆ ਕੋਈ ਪਤਾ ਨਹੀਂ ਕੀ ਆ। ਸੋ ਮੇਰੇ ਸਾਰੇ ਦੋਸਤਾਂ ਨੂੰ ਬੇਨਤੀ ਆ ਵੀ ਇਹ ਬੰਦੇ ਤੇ ਆਪਾਂ ਕਾਰਵਾਈ ਕਰਵਾਉਣੀ ਆ। ਮੇਰੇ ਆਪਣੇ ਹਲਕੇ ਦੇ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਦੱਸਿਓ ਵੀ ਇਹ ਬੰਦਾ ਕੀ ਕਿੰਨੀ ਕੁ ਕਰਤੂਤ ਦਾ ਮਾਲਕ ਆ, ਇੱਕ ਸਮਗਲਰ ਤੋਂ ਇਲਾਵਾ ਕੀ ਆ, ਤੇ ਇਹਦੇ ਸਿੱਧਾ ਸਿੱਧਾ 302 ਦਾ ਪਰਚਾ, ਜਿਹਦੀ ਗੱਡੀ ਆ, ਜਿਹਦਾ ਡਰਾਈਵਰ ਆ, ਤੇ ਜਿਹਦਾ ਕੰਮ ਕਰਨ ਜਾ ਰਿਹਾ, ਜਿਹਦਾ ਕੰਮ ਕਰਕੇ ਆ ਰਿਹਾ, ਉੱਤੇ ਕਾਰਵਾਈ ਕਿਉਂ ਨਹੀਂ ਹੋਈ ਤੇ ਨਾ ਹੀ ਸਾਰਜ ਦਾ ਕਿਸੇ ਨੇ ਨਾਂ ਲਿਆ? ਸੋ ਸੁਖਪਾਲ ਸਿੰਘ ਭੁੱਲਰ ਜੀ, ਅਨੂਪ ਸਿੰਘ ਜੀ ਤੇ ਸਤਿਕਾਰਯੋਗ SSP ਮਾਨ ਸਾਹਿਬ ਜੀ, ਤੁਹਾਡੇ ਅੱਗੇ ਬੇਨਤੀ ਆ ਵੀ ਇਹ ਬੰਦੇ ਤੇ ਕਾਰਵਾਈ ਕਰੋ, ਨਹੀਂ ਤੇ ਸਿੱਧਾ ਸਿੱਧਾ ਪਤਾ ਲੱਗਦਾ ਵੀ ਉਹ ਏਡੇ ਵੱਡੇ ਸਮਗਲਰ ਨੂੰ ਇੰਨੇ ਚਿਰ ਤੋਂ ਪਨਾਹ ਦਿੱਤੀ, ਉਹ ਤੋਂ ਕ੍ਰਾਈਮ ਕਰਦਾ, ਤੁਹਾਡੇ ਹੀ ਮੁਲਾਜ਼ਮ ਮਾਰੀ ਜਾਂਦਾ, ਉਹਨੂੰ ਬਖਸ਼ ਰਹੇ ਹੋ, ਤੇ ਵਾਰੀ ਤੁਹਾਡੀ ਵੀ ਇਹੋ ਜਿਹੇ ਬੰਦੇ ਲੈ ਹੀ ਆਉਣਗੇ ਫਿਰ, ਜੇ ਤੁਸੀਂ ਇਹਨਾਂ ਦੇ ਅੱਗੇ ਕੋਈ ਵੱਡੀ ਚੀਜ਼ ਨਹੀਂ ਹੋ।
ਸੋ ਆਪਣਾ ਫਰਜ਼ ਪਛਾਣੋ। ਤੁਹਾਡੇ ਅੱਗੇ ਵੀ ਬੇਨਤੀ ਆ ਤੇ ਬਾਕੀ ਮੇਰੇ ਜਿਹੜੇ ਏਰੀਏ ਦੇ ਹਲਕੇ ਦੇ ਵੀਰ ਆ ਸ਼ਹਿਰਾਂ ਦੇ ਅੱਗੇ ਬੇਨਤੀ ਆ ਕਿ ਆਪਾਂ ਪੂਰਾ ਜ਼ੋਰ ਲਾਈਏ ਕਿ ਇਹ ਜਿਹੜਾ ਸਮਗਲਰ ਆ ਜਿਹਨੇ ਇੰਨੇ ਚਿਰ ਤੋਂ ਅੱਤ ਚੁੱਕੀ ਆ ਇੱਥੇ ਨਿੱਕਿਆਂ ਮੋਟਿਆਂ ਨੂੰ ਫੜੀ ਆਉਂਦੇ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਉਣ ਦੀ ਜ਼ਰੂਰਤ ਆ ਤੇ ਆਪਾਂ ਸਾਰੇ ਇਕਜੁੱਟ ਹੋ ਕੇ ਤੇ ਇਸ ਕ੍ਰਿਮੀਨਲ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਕਰਵਾਉਣ ਦਾ ਪ੍ਰੈਸ਼ਰ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।